ਸਤਿ ਸ਼੍ਰੀ ਅਕਾਲ ਦੋਸਤੋ। ਜਲੰਧਰ ਵਿਖੇ ਕਿਸਾਨ ਵੀਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ, ਜਿਸ ਨਾਲ ਚੰਡੀਗੜ੍ਹ ਅਤੇ ਦਿੱਲੀ ਜਾਣ ਵਾਲੇ ਮੁਸਾਫਰਾਂ ਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਮੈਂ ਰੀਸੈਂਟਲੀ ਚੰਡੀਗੜ੍ਹ ਵਿਜ਼ਿਟ ਕੀਤਾ ਸੀ, ਤਾਂ ਚੰਡੀਗੜ੍ਹ ਜਾਣ ਲਈ ਮੈਂ ਜਿਹੜਾ ਰਸਤਾ ਅਡੋਪਟ ਕੀਤਾ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ। ਅੰਮ੍ਰਿਤਸਰ ਤੋਂ ਕਰਤਾਰਪੁਰ ਪਹੁੰਚ ਕੇ ਜੰਗੇ ਆਜ਼ਾਦੀ ਮੈਮੋਰੀਅਲ ਦੇ ਨਾਲ ਖੱਬੇ ਬੰਨੇ ਨੂੰ ਮੁੜ ਕੇ ਤੁਸੀਂ ਭੋਗਪੁਰ ਪਹੁੰਚੋ। ਭੋਗਪੁਰ ਤੋਂ ਆਦਮਪੁਰ, ਆਦਮਪੁਰ ਤੋਂ ਹੁਸ਼ਿਆਰਪੁਰ, ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਹੁੰਦੇ ਹੋਏ ਨਵਾਂਸ਼ਹਿਰ ਬਾਈਪਾਸ ਦੇ ਨਾਲ ਤੁਸੀਂ ਚੰਡੀਗੜ੍ਹ ਨੂੰ ਆਪਣੀ ਜਰਨੀ ਕੰਟੀਨਿਊ ਕਰ ਸਕਦੇ ਹੋ। ਅਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਉਣ ਲਈ ਵੀ ਇਹੀ ਰਸਤਾ ਵਰਤਿਆ ਜਾ ਸਕਦਾ। ਇਹ ਰਸਤਾ ਲੰਬਾ ਜ਼ਰੂਰ ਹੈ, ਪਰ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਤੁਸੀਂ ਆਸਾਨੀ ਨਾਲ ਆਪਣੀ ਜਰਨੀ ਜਿਹੜੀ ਹੈ ਉਹ ਕੰਪਲੀਟ ਕਰ ਸਕਦੇ ਹੋ। ਥੈਂਕ ਯੂ ਸੋ ਮੱਚ।